ਇਕ ਅਦਬੀ سرمਾਇਆ ਐਸਾ ਸਾੜਾ ਬਣ ਗਿਆ ਜਿਹੜਾ ਸਦੀਆਂ ਤੱਕ ਚੱਲੇਗਾ ਅਸੀਂ ਡਲ ਕੇ ਇੱਕ ਫਿਲਮ ਖagaan ਸਾਹਿਬ ਉਹਦੇ ਮੁਸੰਨਫ ਸਨ ਰਾਈਟਰ ਸਨ ਉਹਦੀ ਕਹਾਣੀ ਲਿਖੀ ਫਿਲਮ ਦੀ ਬਸੰਤੀ ਜੀਵ ਬਲੇ ਜੀ ਬਲੇ ਕੈ ਸ਼ਾਹ ਹੁਸੈਨ ਜੀ ਖਾਕਾਨ ਹੈਦਰ ਗਾਜ਼ੀ ਸਾਹਿਬ ਦਾ ਦੇ ਕਲਾਮ ਦਾ ਇੱਕ ਨਵਾਂ ਮجموعਾ ਹੈ ਇਹ ਮੰਜ਼ੂਮ ਡਰਾਮਾ ਜੜਾਈ ਜੀ ਜਿਹਦਾ ਇੰਤਖਾਬ ਉਹਨੇ ਮੇਰੇ ਜੈਸੇ ਕਮ ਇਲਮ ਆਦਮੀ ਦੇ ਨਾ ਕਰ ਦਿੱਤਾ ਹੈ اور ਮੇਰੇ ਖਿਆਲ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਬੜਾ ਹੀ ਬਾਈਸੇ ਫਖਰ ਹੈ ਇਸ ਇੰਤਜ਼ਾਮ ਜਿਹੜਾ ਇਹਨਾਂ ਨੇ ਖਾਕਾਨ ਸਾਹਿਬ ਨੇ ਮੇਰੇ ਨਾਲ ਕਰ ਦਿੱਤਾ ਖਾਕਾਨ ਸਾਹਿਬ ਦੇ ਬਾਰੇ ਜੀ ਮੈਂ ਤੇ ਸਿਰਫ ਇਹ ਨਹੀਂ ਕਹਾਂਗਾ ਕਿ ਆਪਣੀ ਜਿਹੜੀ ਮਾਂ ਬੋਲੀ ਹੈ ਸਾਡੀ ਪੰਜਾਬੀ ਜ਼ੁਬਾਨ ਔਰ ਜਿਸ ਤਰ੍ਹਾਂ ਖਾਕਾਨ ਸਾਹਿਬ ਨੇ ਇਹਦੇ 'ਚ ਹੋਰ ਵੀ ਆਪਣੇ ਕਲਾਮ ਦੇ ਨਾਲ ਜਿਸ ਤਰ੍ਹਾਂ ਵੀ ਇਹਦੇ 'ਚ ਗੋਲ ਖਿਲਾਏ ਨੇ ਇਸ ਮਾਂ ਬੋਲੀ 'ਚ ਲੇਕਿਨ ਇਹ ਜਿਹੜਾ ਕਲਾਮ ਹੈ ਕੈਸ਼ਾ ਹੁਸੈਨ ਇਹ ਜਿਹੜਾ ਡਰਾਮਾ ਹੈ ਇਹਨੂੰ ਇਨੂੰ ਮੈਂ ਇਸ ਤਰੀਕੇ ਨਾਲ ਵੇਖਣਾ ਪਿਆ ਕਿ ਇਹ ਦੇ ਬਾਰੇ ਤੇ ਇਸ ਤਰ੍ਹਾਂ ਤੇ ਕਦੀ ਕਿਸੇ ਵੀ ਕੋਈ ਅਦਵੀ ਜਿਨੇ ਵੀ بڑے بڑی ਸ਼ਖਸੀਅਤ ਨੇ ਉਹਨਾਂ ਨੇ ਲੇਕਿਨ ਇੱਕ ਸ਼ਾਇਰ ਹਜ਼ਾਂ ਜਿਹੜਾ ਮਨਜ਼ੂਮ ਕੀਤਾ ਹੈ ਖਾਕਾਨ ਸਾਹਿਬ ਨੇ ਇਹ अदबी वह काम है जो इस तो पहले किसी भी ए ख्याल नहीं आया चेता नहीं आया कि तरीके न इसन नज़म किया जा सकता है और खाकान साहब ने शाह साहब साहब ने जिस तरह मंजूम किया जिस तरह उन्हें वाक्यात उन्होंने हालात उन्होंने जिंदगी दे एक ऐसा एक अदबी सरमाया ऐसा साड़ा बन गया है जोड़ा सदिया तक याद रहेगा और जी कोई मिसाल नहीं और मेरे ख्याल एडी ए पीड़ भी कोई नहीं लेगा एडे दर्द न भी कोई नहीं लिखेगा जिस तरह खाकान साहब ने इस माँ बोली की इज्जत बधाने माँ बोली दान बधाया कि शाह हुसैन लिख के ये ਇਕ ਕਲਾਮ ਜਿਹੜਾ ਇਹ ਸਾਡੀ ਆਇਂਦਾ ਆਉਣ ਵਾਲੀ ਨਸਲਾਂ ਵਾਸਤੇ ਵੀ ਇੱਕ ਬਹੁਤ ਹੀ بڑا ਸਰਮਾਇਆ ਹੈ ਖਾਕਾਨ ਸਾਹਿਬ ਨੇ ਇਸ ਕਿਤਾਬ ਦੇ ਇੰਤਜ਼ਾਮ ਮੇਰੇ ਨਾਲ ਕੀਤਾ ਮੈਂ انہاں ਦਾ ਬੜਾ ਸ਼ੁਕਰਗੁਜ਼ਾਰ ਹਾਂ ਤੇ ਮੇਰੇ ਵੱਸੇ ਬੜਾ ਬਾਈਸੇ ਫਖਰ ਵੀ ਹੈ ਮੇਰਾ ਇਹਨਾਂ ਦਾ ਬੜਾ ਪੁਰਾਣਾ ਸਾਥ ਹੈ ਖਾਕਾਨ ਸਾਹਿਬ ਦਾ ਮੈਂ ਮੇਰੇ ਕੋਲ ਇਹਨਾਂ ਦੇ माशाला जिन्हें भी इन्हों किताबा ने जेजा च लिखे वो मैं देखिया ने और मैं मैं तो खैर की खाकान साहब की तारीफ की उन्होंने शायरी दलाम की उन्होंने सोच की उन्होंने फिक्र की जड़े अल्फाज उन्होंने इस्तेमाल किते ने बिल्कुल खाकान साहब वो जायज़ हकदार ने ਗੁਲਦਾਰ ਸਾਹਿਬ ਨੇ ਕੋਈ ਐਸਾਨ ਨਹੀਂ ਕੀਤਾ ਉਹਨਾਂ ਤੇ ਔਰ ਉਹਨਾਂ ਨੇ ਇੱਕ ਹੱਕ ਅਦਾ ਕੀਤਾ ਇੱਕ ਅچھے ਇੱਕ ਇੱਕ ਐਸੇ ਲਿਖਣ ਵਾਲੇ ਤੋਂ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਵਾਸਤੇ ਇੱਕ ਬੜਾ ਹੀ ਆਲਾ ਕੰਮ ਕੀਤਾ ਤੇ ਖਾਕਾਨ ਸਾਹਿਬ ਮੇਰੇ ਵਾਸਤੇ ਵੀ ਪਹਿਲੇ ਵੀ ਕੰਮ ਕਰ ਚੁੱਕੇ ਨੇ ਅਸੀਂ ਡਲ ਕੇ ਇੱਕ ਫਿਲਮ ਖਾਕਾਨ ਸਾਹਿਬ ਉਹਦੇ ਮੁਸੰਨਫ ਸਨ ਰਾਈਟਰ ਸਨ ਉਹਦੀ ਕਹਾਣੀ ਲਿਖੀ ਫਿਲਮ ਦੀ ਬਸੰਤੀ ਅੱਜਕੱਲ੍ਹ ਵੀ मेरे काम कर रहे इन्हों मेहरबानी है वक्त केंद्र ने अपनी चो, और मैं इनका बड़ा शुक्र गुज़ार हाँ और आई भी असी इन शाला इसी तरह ही काम करते रहोंगे और इन्होंने जोड़ा एक इलमी सरमाया अंधे को मुस्तफीज होते रहें